ਹੁਣ ਲੋਕ ਪਾਥੀਆਂ ਮਾਰਨਗੇ ਭਗਵੰਤ ਮਾਨ ਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ। ਜੁਲਾਈ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਵੱਲੋਂ ਕੀਤੇ ਇੱਕ ਟਵੀਟ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਰੁੱਖ ਹੀ ਬਦਲ ਕੇ ਰੱਖ ਦਿੱਤਾ। ਇਸ ਇੱਕ ਟਵੀਟ ਨਾਲ ਆਪ ਦੀ ਪੰਜਾਬ ਇਕਾਈ ਤਾਂ ਦੋ ਫੜ ਹੋਈ ਹੀ, ਇਸ ਦੇ ਨਾਲ ਟਵੀਟ ਨੇ ਵਿਰੋਧੀਆਂ ਦੇ ਮੂੰਹ ਤੇ ਲੱਗੇ ਤਾਲਿਆਂ ਨੂੰ ਵੀ ਤੋੜਨ ਦਾ ਕੰਮ ਕੀਤਾ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਆਪ ਖਿਲਾਫ ਹਰ ਉਹ ਦਾਅ ਖੇਡ ਰਹੀ ਹੈ ਜਿਸ ਬਾਰੇ ਆਪ ਨੇ ਕਦੇ ਸੋਚਿਆ ਵੀ ਨਹੀਂ ਸੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਤਾਂ ਹੁਣ ਇੱਥੋਂ ਤੱਕ ਕਹਿ ਦਿੱਤਾ ਕਿ ਲੋਕ ਹੁਣ ਵੋਟਾਂ ਮੰਗਣ ਆਏ ਭਗਵੰਤ ਮਾਨ ਨੂੰ ਪਾਥੀਆਂ ਮਾਰਿਆ ਕਰਨਗੇ। ਕਿਹੜੀਆਂ ਰੈਲੀਆਂ ਕਰਨ ਜਾ ਰਹੇ ਨੇ, ਜਿੰਨਾ ਲੁੱਟਣਾ ਸੀ ਮਾਲ ਲੁੱਟ ਕੇ ਲੈ ਗਏ, ਕੰਮ ਸਮਾਪਤੀ ਹੋ ਗਈ। ਹੁਣ ਕਿਹੜੇ, ਉਹ ਤਾਂ ਹੁਣ ਇੱਕ ਬਾਅਦ ਦੇ ਖਿਆਲ ਨੇ, ਬਾਅਦ ਦੇ ਸੋਚ ਆ ਵੀ ਹੁਣ ਕਰੀਏ ਕੀ। ਪਾਰਟੀ ਤਾਂ ਰਹੀਓ ਨਹੀਂ, ਲੱਗ ਜੂਗਾ ਪਤਾ ਜਿੱਦਣ ਆਉਣਗੇ, ਜਦੋਂ ਚਾਰ ਬੰਦੇ ਇਕੱਠੇ ਹੋਣਗੇ ਨਹੀਂ ਉੱਥੇ, ਤਾਂ ਲੱਗ ਜੂਗਾ ਪਤਾ ਵੀ ਗੱਲ ਕੀ ਬਣੀ। ਹੁਣ 2019 ਦੀਆਂ ਚੋਣਾਂ ਨੇੜੇ ਆ ਰਹੀਆਂ, ਤਾਂ ਹੁਣ ਉਹਨਾਂ ਨੂੰ ਫਿਰ ਪੰਜਾਬ ਯਾਦ ਆ ਗਿਆ। ਪੰਜਾਬ ਵਾਲਿਆਂ ਨੇ ਬਥੇਰਾ ਸਵਾਦ ਲੈ ਲਿਆ, ਬਥੇਰਾ ਲੁਟਾ ਕੇ ਦੇਖ ਲਿਆ 2014 ਅਤੇ 17 ਦੀਆਂ ਚੋਣਾਂ 'ਚ। ਹੁਣ ਜੇ ਆਉਣਗੇ ਜੋ ਇਹ ਕਹਿੰਦੇ ਸੀ ਉਸ ਵੇਲੇ, ਹੁਣ ਲੋਕ ਪਾਥੀਆਂ ਮਾਰਨਗੇ ਭਗਵੰਤ ਮਾਨ ਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ। ਬਿੱਟੂ ਨੇ ਦਾਅਵਾ ਕੀਤਾ ਕਿ ਸੁਖਪਾਲ ਖਹਿਰਾ ਵੱਲੋਂ ਖੜੇ ਕੀਤੇ ਤੀਜੇ ਫਰੰਟ ਦਾ ਹਾਲ ਵੀ ਉਹੀ ਹੋਣ ਵਾਲਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਹੋਰਨਾਂ ਤੀਜੀਆਂ ਧਿਰਾਂ ਦਾ ਹੁੰਦਾ ਆਇਆ ਹੈ। ਵੀ ਸੁਖਪਾਲ ਖਹਿਰਾ ਇਹਨਾਂ ਦੇ ਬਰਾਬਰ ਜਾਂ ਇਹ ਇਹਨਾਂ ਦੇ ਬਰਾਬਰ ਨੇ, ਅਤੇ ਜੋ ਪਹਿਲਾਂ ਥਰਡ ਫਰੰਟ ਬਣੇ ਨੇ, ਜੋ ਉਹਨਾਂ ਦਾ ਹਾਲਾਤ ਬਣੇ ਨੇ, ਅੱਜ ਸਿਮਰਨਜੀਤ ਮਾਨ ਸਾਹਿਬ ਦੀ ਪਾਰਟੀ ਸੀ, ਹੋਰ ਕਈ ਬਹੁਤ ਪਾਰਟੀਆਂ ਸੀ, ਉਸੇ ਤਰੀਕੇ ਨਾਲ ਹਾਸ਼ੀਏ 'ਤੇ ਇਹਨਾਂ ਦੀਆਂ ਪਾਰਟੀਆਂ ਆ ਗਈਆਂ, ਅਤੇ ਲੋਕ ਯਾਦ ਕਰਿਆ ਕਰਨਗੇ ਵੀ ਕਦੇ ਆਮ ਆਦਮੀ ਪਾਰਟੀ ਵੀ ਹੁੰਦੀ ਸੀ ਅਤੇ ਇਹਨਾਂ ਦੇ ਆਹ ਲੀਡਰ ਹੁੰਦੇ ਸੀ। ਗੱਲ ਹੁਣ ਇੱਦੋਂ ਉੱਤੇ ਕੋਈ ਰਹੀ ਨਹੀਂ ਪੰਜਾਬ 'ਚ। ਫਿਲਹਾਲ ਖਹਿਰਾ ਜਾਂ ਆਪ ਦਾ ਕੀ ਹਸ਼ਰ ਹੋਏਗਾ ਜਾਂ ਫਿਰ ਭਗਵੰਤ ਮਾਨ ਨੂੰ ਕਿੰਨੀਆਂ ਪਾਥੀਆਂ ਪੈਣਗੀਆਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਫਿਰ ਵੀ ਇੰਨਾ ਜ਼ਰੂਰ ਹੈ ਕਿ ਦਿੱਲੀ ਤੋਂ ਆਏ ਇੱਕ ਫੈਸਲੇ ਨੇ ਜਾਂ ਫਿਰ ਇਹ ਕਹਿ ਲਈਏ ਕਿ ਆਪ ਦੇ ਵਿਧਾਇਕਾਂ ਵੱਲੋਂ ਦਿੱਲੀ ਨੂੰ ਲਿਖ ਕੇ ਭੇਜੇ ਇੱਕ ਪੱਤਰ ਨੇ ਆਪ ਦੀ ਸ਼ਾਖ ਨੂੰ ਢਾਹ ਜ਼ਰੂਰ ਲਾਈ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਹਰ ਮੁੱਦੇ ਤੇ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ D5 ਚੈਨਲ ਪੰਜਾਬੀ। ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਸ਼ਤਿਹਾਰ, ਪ੍ਰਮੋਸ਼ਨ ਦੀ ਵੀਡੀਓ ਰਿਕਾਰਡਿੰਗ ਜਾਂ ਫਿਰ ਲਾਈਵ ਕਰਾਉਣ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ +91 898 28545 +91 898 28453